ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਅੱਜ ਹੁਣੇ ਅਸੀਂ ਅਨਬੋਕਸਿੰਗ ਕਰਕੇ ਹਟੇ ਹਾਂ ਸ਼ੂਜ਼ ਦੀ। ਇੰਨਾ ਟਾਈਮ ਲਾ ਕੇ ਤੂੰ ਥੱਕ ਗਏ। ਇੱਧਰ ਦੇਖੋ ਪ੍ਰਮੋਸ਼ਨ ਵਾਲੇ ਸ਼ੂਜ਼ ਗਰੇ ਲੱਗੇ ਪਏ ਨੇ। ਸ਼ੂਜ਼ ਬਹੁਤ ਸੋਹਣੇ ਨੇ ਪਰ ਉਸਦੇ ਬਾਰੇ ਨਾ ਤੁਹਾਨੂੰ ਇਹ ਜਿਹੜੇ ਸ਼ੂਜ਼ ਪਏ ਨੇ ਇਹਨਾਂ ਦੇ ਬਾਰੇ ਅਸਲ ਦੇ ਵਿੱਚ ਤੁਹਾਨੂੰ ਬਲੌਗ ਦੇ ਵਿੱਚ ਜਿਹੜਾ ਮੇਰਾ ਬਲੌਗ ਆਊਗਾ ਹਰਮਨ ਦਾਸ ਗੜੀਆ ਬਲੌਗ ਉਹਦੇ ਵਿੱਚ ਪਤਾ ਲੱਗੂਗਾ ਵੀ ਇਹ ਕਿਉਂ ਇੰਨੀ ਸੇਲ ਲਾਈ ਬੈਠੇ ਨੇ। ਕੀ ਪਤਾ ਵੈਸੇ ਸਮਝ ਗਏ ਹੋਣੇ ਆ ਸਾਰੇ ਕਿਉਂ ਲਾਈ ਲਾਈ ਨੂੰ ਕੀ ਪਤਾ ਕੀ ਅਸੀਂ ਕੀ ਪਤਾ ਅਸੀਂ ਦੁਕਾਨ ਕਰ ਲਈ ਹੋਵੇ। ਹਾਂ ਵੈਸੇ ਵੀ ਹੋ ਸਕਦਾ ਜਾਂ ਅਸੀਂ ਦੁਕਾਨ ਕਰਨ ਬਾਰੇ ਸੋਚ ਰਹੇ ਹੋਈਏ ਕਿ ਨਹੀਂ। ਤੁਹਾਡੀ ਕਿਰਾਇਆ ਤੁਸੀਂ ਦੱਸਿਓ ਜਾਣਾ ਨਾ ਵੀ ਜੇ ਆਪਾਂ ਕਿਸੇ ਚੀਜ਼ ਦਾ ਬਿਜ਼ਨਸ ਕਰੀਏ ਹੈ ਨਾ ਕੋਈ ਸ਼ੌਪ ਕਰੀਏ ਜਾਂ ਆਨਲਾਈਨ ਕੁਛ ਵੀ ਚਲਾਈਏ ਕੋਈ ਕੰਮ ਤੁਹਾਡੀ ਕੀ ਰਾਏ ਦੱਸਿਓ ਕਮੈਂਟਾਂ ਦੇ ਵਿੱਚ। ਜਿਵੇਂ ਇਹ ਸਲਾਹ ਤਾਂ ਕਾਫੀ ਟਾਈਮ ਦੀ ਚੱਲ ਰਹੀ ਆ ਜਿਵੇਂ ਪਰ ਆਪ ਹੀ ਚੁੱਪ ਕਰ ਜਾਂਦੇ ਆ ਅਸੀਂ ਆਪ ਹੀ ਗੱਲ ਗੁੱਲ ਕਰਕੇ। ਤੇ ਅਸਲ ਦੇ ਵਿੱਚ ਦੱਸਾਂ ਕਿਉਂ ਚੁੱਪ ਕਰਦੇ ਨੇ ਜਿਵੇਂ ਬੁਟੀਕ ਵਗੈਰਾ ਹੈ ਨਾ ਚਲੋ ਇਹਨੂੰ ਹੈ ਵੀ ਸੂਟਾ ਸਾਟਾ ਦਾ ਇਹਦਾ ਇੰਟਰਸਟ ਵੀ ਹੈਗਾ ਆ ਤੇ ਉਹ ਬਸ ਐਵੇਂ ਚੁੱਪ ਕਰਦੇ ਨੇ ਵੀ ਕਿਸੇ ਤੋਂ ਉਹਦੇ ਬਾਰੇ ਪਤਾ ਕਰਨਾ ਪਊ ਪਹਿਲਾਂ ਹੁਣ ਵੀ ਕਿੱਥੋਂ ਸੂਟ ਮਿਲਦੇ ਨੇ ਕੀ ਹਿਸਾਬ ਕਿਤਾਬ ਹੁੰਦਾ ਆ ਕਿਵੇਂ ਕਿਵੇਂ ਸੂਟ ਨਹੀਂ ਕੱਪੜਾ ਕਿੱਥੋਂ ਕੱਪੜਾ ਸੂਟੇ ਹੋਏ ਉਹ ਹੁੰਦੇ ਹੋ ਵੀ ਉਹ ਕਿੱਥੋਂ ਕਿੱਥੋਂ ਮਿਲਦੇ ਨੇ ਫਿਰ ਜਾ ਕੇ ਬੰਦਾ ਪਤਾ ਕਰਕੇ ਮੇਰੇ ਕੋਲ ਟਾਈਮ ਹੁੰਦਾ ਨਹੀਂ ਤਾਂ ਪਤਾ ਕਰ ਵੀ ਲਈ ਚਲੋ ਹੈਗੇ ਯਾਰ ਦੋਸਤ। ਪਰ ਤੁਸੀਂ ਵੀ ਦੱਸਿਓ ਨਾ ਜੇ ਕਿਸੇ ਕੋਈ ਰਾਏ ਦੇਣਾ ਚਾਹੁੰਦਾ ਆ ਵੀ ਜਿਵੇਂ ਦਾ ਬਲੌਗ ਚੈਨਲ ਤਾਂ ਹੈਗਾ ਨਾਲ ਨਾਲ ਬੁਟੀਕ ਦਾ ਕੰਮ ਵੀ ਹਨਾ ਕਰ ਸਕਦੀ ਹੈ ਤੇ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਠੀਕ ਰਹੂਗਾ ਕੰਮ ਉਹ ਆਨਲਾਈਨ ਸ਼ਾਪਿੰਗ ਜਿਵੇਂ ਵੀ ਹਨਾ ਵਰਲਡ ਵਾਈਡ ਸ਼ਿਪਮੈਂਟ ਕਿਤੇ ਕੁਛ ਵੀ ਆ ਸਭ ਕੁਛ ਕਰਾਂਗੇ ਬਾਹਰ ਬੂਰ ਸੂਟ ਭੇਜਣੇ ਜੇ ਕਰਾਂਗੇ ਮਤਲਬ ਵਧੀਆ ਕੰਮ ਹੀ ਕਰਾਂਗੇ ਨਹੀਂ ਕਰਾਂਗੇ ਫਿਰ ਨਹੀਂ ਕਰਾਂਗੇ ਇਹ ਕਰਾਏ ਯਾਰ ਵੀ ਜੇ ਕਰਾਂਗੇ ਤਾਂ ਵਧੀਆ ਤਰੀਕੇ ਦਾ ਕਰਾਂਗੇ ਅਦਰਵਾਈਜ਼ ਕਰਦੇ ਹੀ ਨਹੀਂ ਹੈਗੇ ਕਿਉਂਕਿ ਇਹ ਚੀਜ਼ ਸੋਚਦੇ ਹਨ ਤਾਂ ਸਾਨੂੰ ਕਾਫੀ ਟਾਈਮ ਹੋ ਗਿਆ ਪਰ ਫਿਰ ਐਵੇਂ ਚੁੱਪ ਕਰ ਜਾਂਦੇ ਕਿਉਂਕਿ ਪ੍ਰੋਫੈਸ਼ਨਲ ਜੇ ਤਰੀਕੇ ਨਾਲ ਕਰਨ ਲਈ ਬਹੁਤ ਸਲਾਹਾਂ ਲੈਣੀਆਂ ਪੈਂਦੀਆਂ ਨੇ ਕੁਝ ਕਿਸੇ ਨੂੰ ਜੇ ਐਕਸਪੀਰੀਅੰਸ ਹੈ ਨਾ ਇਹ ਚੀਜ਼ ਦਾ ਐਕਸਪੀਰੀਅੰਸ ਬੁਟੀਕ ਵਾਲਾ ਵੀ ਉੱਥੋਂ ਕੱਪੜਾ ਸਸਤਾ ਮਿਲਦਾ ਵੀ ਤੁਸੀਂ ਉੱਥੋਂ ਆ ਕੇ ਐਵੇਂ ਸੇਲਿੰਗ ਕਰ ਸਕਦੇ ਹੋ ਕਿਸੇ ਨੂੰ ਜ਼ਿਆਦਾ ਵਧੀਆ ਡੀਲ ਕਰ ਸਕਦੇ ਹੋ ਕੁਝ ਵੀ ਸਾਰੇ ਕੰਮ ਆ ਮਤਲਬ ਉਹ ਸਾਡੇ ਨਾਲ ਜ਼ਰੂਰ ਕੰਟੈਕਟ ਕਰਿਓ ਹਨਾ ਤੇ ਕਾਰੀਗਰ ਤੋਂ ਲੈ ਕੇ ਹਨਾ ਜਦੋਂ ਜੇ ਤੁਹਾਡੀ ਕੁਛ ਵੀ ਹੋਊਗੀ ਹਨਾ ਜੇ ਤੁਹਾਡੀ ਕੋਈ ਫੀਸ ਫੂਸ ਵੀ ਹੋਊ ਵੀ ਦੱਸ ਦਿਓ ਕੋਈ ਚੱਕਰ ਨਹੀਂ ਵੀ ਕਰ ਲਾਂਗੇ ਆਪਾਂ ਪਰ ਗੱਲ ਜ਼ਰੂਰ ਕਰੋ ਤੁਹਾਡਾ ਨੰਬਰ ਜਿਹਨੂੰ ਪਤਾ ਆ ਨੰਬਰ ਭੇਜ ਦਿਓ ਨੀਚੇ ਕਈ ਵਾਰ ਦੂਰ ਦੇ ਹੁੰਦੇ ਨੇ ਬਹੁਤ ਦੂਰ ਦੂਰ ਦੇ ਉਹ ਇਹ ਕੰਮ ਕਰਦੇ ਨੇ ਹਨਾ ਚਲੋ ਜ਼ਿਆਦਾਤਰ ਤਾਂ ਮੈਨੂੰ ਵੀ ਪਤਾ ਜਿਹੜਾ ਜਿਹਦਾ ਕੰਮ ਹੁੰਦਾ ਅਸਲ ਦੇ ਵਿੱਚ ਕੱਪੜਿਆਂ ਦਾ ਕੰਮ ਮੈਂ ਤਾਂ ਨਹੀਂ ਦੇਖਿਆ ਅੱਜ ਤੱਕ ਕੋਈ ਵੈਸੇ ਹਰ ਕੋਈ ਦੱਸਦਾ ਨਹੀਂ ਹੁੰਦਾ ਹੈਗਾ ਹਾਂ ਜਿਹੜਾ ਮੇਰਾ ਕੰਮ ਹੈ ਇਹ ਮੈਂ ਸਾਰਿਆਂ ਨੂੰ ਦੱਸਦਾ ਫਿਰ ਜੇ ਮੈਨੂੰ ਆਉਂਦੇ ਨੇ ਸਾਰੇ ਕੰਮ ਪੁੱਛਣ ਮੈਂ ਦੱਸ ਅਸੀਂ ਐਡਿਟ ਬਾਰੇ ਵੀ ਦੱਸ ਦਿੰਨੇ ਆ ਵੀ ਇਹ ਐਪ 'ਚ ਐਵੇਂ ਐਵੇਂ ਮੋਨੇਟਾਈਜੇਸ਼ਨ ਬਾਰੇ ਜੋ ਵੀ ਅਗਲਾ ਪੁੱਛਣਾ ਚਾਹੁੰਦਾ ਕਿਉਂਕਿ ਕਿਸੇ ਦੀ ਤਕਦੀਰ ਦਾ ਅਗਲਾ ਕੋਈ ਨਹੀਂ ਹੋ ਸਕਦਾ ਕਈ ਸੋਚਦੇ ਨੇ ਵੀ ਸਾਡਾ ਕੰਮ ਅਗੀ ਪਤਾ ਸਾਡਾ ਕੰਮ ਠੱਪ ਹੋ ਜੂ ਜੇ ਉਹਨਾਂ ਨੇ ਚਲਾ ਲਿਆ ਐਵੇਂ ਨਹੀਂ ਹੁੰਦਾ ਉਹ ਆਪਦਾ ਖਾਂਦਾ ਬੰਦਾ ਉਹ ਆਪਦਾ ਖਾਂਦਾ ਆ ਕੰਮ ਤਾਂ ਹੁਣ ਬਹੁਤ ਨੇ ਹੁਣ ਮਤਲਬ ਜਿਹੜੇ ਵੀ ਆਉਂਦੇ ਨੇ ਤਕਰੀਬਨ ਇਹ ਜ਼ਿਆਦਾ ਆਉਂਦੇ ਨੇ ਵੀ ਆਹ ਵੀਰੇ ਦੱਸਿਓ ਇਹ ਯੂਟਿਊਬ ਦਾ ਕਿਵੇਂ ਹੋ ਆ ਕਿਵੇਂ ਹੋ ਮੈਂ ਸਾਰਾ ਵਧੀਆ ਕਿਸੇ ਕੋਈ ਵਧੀਆ ਇਨਕਮ ਕਮਾ ਸਕਦਾ ਆਪਾਂ ਨੂੰ ਕਿਸੇ ਤੋਂ ਕੀ ਆ ਵਧੀਆ ਅਗਲੇ ਦੀ ਰੋਟੀ ਚੱਲਦੀ ਆ ਤੁਸੀਂ ਠੀਕ ਹੈ ਦੱਸਿਓ ਬੁਟੀਕ ਵਾਲਾ ਕੋਈ ਵੀ ਹੋਇਆ ਜਾਂ ਕੋਈ ਕੰਮ ਕਰਦੇ ਹੋ ਤੁਸੀਂ ਪਹਿਲਾਂ ਬੁਟੀਕ ਵਾਲੇ ਉਹ ਵੀ ਦੱਸ ਦਿਓ ਵੀ ਜੇ ਹੋ ਸਕਿਆ ਆਪਾਂ ਹਨਾ ਬੈਠ ਕੇ ਗੱਲਬਾਤ ਕਰਾਂਗੇ ਵੀ ਤੁਸੀਂ ਕਹੋਗੇ ਉਹਨੂੰ ਇੱਧਰ ਹੀ ਕਰਾਂਗੇ ਹਨਾ ਵੀ ਜੇ ਜਿੱਥੇ ਕਹੋਗੇ ਉੱਥੇ ਜਾ ਕੇ ਵੀ ਆਵਾਂਗੇ ਜੇ ਤੁਸੀਂ ਹੈਲਪ ਕਰ ਸਕਦੇ ਅੱਜ ਤਾਂ ਕੰਮ ਹੋ ਰਿਹਾ ਫਿਰ ਕਿੰਨੇ ਟਾਈਮ ਬਾਅਦ ਪਾਣੀ ਦੇ ਰਹੇ ਹਾਂ ਘਰ ਨੂੰ ਮੈਂ ਤਾਂ ਕਾਫੀ ਦਿਨ ਹੋ ਗਏ ਕਾਫੀ ਕਹਿ ਦੇ ਆਏ ਇੱਕ ਅੱਧੀ ਵਾਰੀ ਆਹੋ ਹਵਾ ਚੱਲ ਪਈ ਸੀਗਾ ਡੇਲੀ ਤਾਂ ਹੀ ਹੋ ਗਿਆ ਇਹਦਾ ਜਦੋਂ ਪਾਣੀ ਹੁੰਦਾ ਸੀ ਉਹ ਤਾਂ ਹੋ ਗਿਆ ਇਹ ਤਾਂ ਛੱਡ ਦੇ ਤਾਂ ਮੈਂ ਤੇ ਮੰਮੀ ਸੀਗੇ ਇੱਧਰ ਪਾਣੀ ਤੂੰ ਤਾਂ ਦੇਖੀ ਕੱਲ ਬਸ ਉਰੇ ਛੱਡ ਗਿਆ ਬਸ ਜਿੱਥੇ ਕਿ ਗਿੱਲਾ ਹੋ ਗਿਆ ਠੀਕ ਆ ਬਾਕੀ ਸਾਰਾ ਸੁੱਕਾ ਪਿਆ ਉਹ ਨਹੀਂ ਜਿੱਥੇ ਜ਼ਿਆਦਾ ਪਹਿਲਾਂ ਲੋੜ ਸੀਗੀ ਨਾ ਮੈਨੂੰ ਐਵੇਂ ਸੀਗਾ ਮੈਂ ਕਿਹਾ ਟੈਂਕੀ 'ਚ ਪਾਣੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਨਾ ਪਹਿਲਾਂ ਪਹਿਲਾਂ ਉੱਥੇ ਉੱਥੇ ਦੇ ਲਾਂ ਜਿੱਥੇ ਜਿੱਥੇ ਜ਼ਿਆਦਾ ਲੋੜ ਹੈ ਫਿਰ ਹੌਲੀ ਉਹ ਆਪ ਹੀ ਸਾਰੇ ਕਿਤੇ ਲੋੜ ਹੈ ਖਾਣੂ ਤਾਂ ਨਹੀਂ ਇਹ ਜਿਹਾ ਚਾਹ ਕਿੱਥੇ ਆ ਵੀ ਜਿੱਥੇ ਲੋੜ ਨਹੀਂ ਜਾਂਦੀ ਉਹ ਦੇਖੋ ਝੰਡਾ ਕਿਵੇਂ ਹਿੱਲ ਰਿਹਾ ਹਵਾ ਚੱਲ ਪਈ ਕਮੀ ਦੱਸੇ ਸੱਚ ਕੌਣ ਤੁਸੀਂ ਕਹਿ ਰਹੇ ਸੀਗੇ ਨਾ ਮੈਨੂੰ ਵੀ 12 ਤਰੀਕ ਤੋਂ ਤੂਫਾਨ ਮੈਨੂੰ ਵੀ ਸੁਣਿਆ ਮੈਂ ਤਾਂ ਅੱਜ ਤੱਕ ਆਪਦੀ ਜ਼ਿੰਦਗੀ 'ਚ ਮੈਨੂੰ ਤਾਂ ਲੱਗਦਾ ਵੀ ਮੈਂ ਕਦੇ ਜਿਹੜਾ ਉਹ ਵੈਦਰ ਵਾਲਾ ਹੁੰਦਾ ਵੀ ਉਹ ਦੇਖਿਆ ਮੈਂ ਮੈਨੂੰ ਸੁਣਿਆ ਵਾ ਤੇ ਉੱਥੇ ਕਹਿ ਰਹੇ ਹੁੰਦੇ ਨੇ ਵੀ ਕਹਿੰਦੇ 12 ਤਰੀਕ ਨੂੰ ਆਏ ਹੋਊਗਾ ਬਹੁਤ 12 ਪਰਸੋਂ ਆ ਅੱਜ 10 ਆ ਪਤਾ ਨਹੀਂ ਆਊਗਾ ਨਾ ਮੀਂਹ ਆ ਜੇ ਨਾ ਨਜ਼ਾਰਾ ਆ ਜੇ ਬਈ ਇੰਨੀ ਗਰਮੀ ਨਾਲੇ ਜੇ ਬੱਦਲ ਆਊਗਾ ਨਹੀਂ ਰੀ ਫਿਰ ਤਾਂ ਆਊਗਾ
ਜੀਰੀਆਂ ਲੱਗ ਜਾਣਗੀਆਂ ਨਾਲੇ ਹਲੇ ਤਾਂ ਲੋਕ ਕੱਦੂ ਕਰ ਰਹੇ ਨੇ ਤਾਂ ਹੀ ਜੀਰੀ ਲੱਗੂਗੀ ਜੇ ਪਾਣੀ ਹੋਊਗਾ ਉਹਦਾ ਹੀ ਕੱਦੂ ਹੁੰਦਾ ਹੁੰਦਾ ਤੂੰ ਮੇਰੇ ਤੋਂ ਵੀ ਗਈ ਮੈਨੂੰ ਬਾਕੀ ਸਾਰੇ ਕਹਿੰਦੇ ਨੇ ਇਹਨੂੰ ਕੁਛ ਪਤਾ ਨੀ ਇਹਨੂੰ ਇਹ ਮੇਰੇ ਤੋਂ ਵੀ ਗਈ ਟਮਾਟਰ ਲੱਗ ਰਹੇ ਪੂਰੇ ਆਪੇ ਹੋ ਗਏ ਟਮਾਟਰ ਦਾ ਬੂਟਾ ਆਪੋ ਬੀਜ ਬੂਜ ਡਿੱਗ ਜਾਂਦਾ ਕੋਈ ਬਸ ਜੀ ਹੁਣ ਹਵਾ ਪੂਰੀ ਚੱਲ ਰਹੀ ਹੈ ਜ਼ੋਰਾਂ ਸ਼ੋਰਾਂ ਨਾਲ ਹੋਰ बाले ज्यादा सूट सी अज मेनू सुखमन ने भी कहा तू पहला पाई जानी अच्छा असल पै हे समाउन का वो नहीं हों फिर ब्याह तो बाद अगला बंदा वधिया लैंदा जिहड़े वो बस पै रहिंदे ने फिर समालो वो पै रहिंदे ने पै रहिंदे ने और कोई फायदा नहीं वैसे लेडीज नूं सूटां दा महंगा मुंडियां मुंडियां नूं फायदा हैगा कुछ ना मुंडियां नूं आपदा लियाओ 150-200 रुपए दी टी शर्ट नजारे नाल 150-200 दी पाण वाले तुसीं ये दस्या करो किधर जाने लेना अगला आप ही समझ जूगा भी किथे जांदा है तो किहे जे कपड़े लेके आंदा होना सब नू पता मेरे बारे सब नू पता क्यों भाई सब नू पता ना सब नू पता भी किथे जांदे ने हां फिर ये पेड एक्टर है मेरे व्लॉग च ना पेड आंदा ओए परिंडां दा छत्ता ਹੁਣ ਤਾਂ ਪ੍ਰਿੰਡਾ ਦਾ ਮੌਸਮ ਹੈ ਨਾ ਫਿਰ ਪ੍ਰਿੰਡਾ ਹੋਣਗੇ ਨਹੀਂ ਇਸ ਤੋਂ ਪਹਿਲਾਂ ਆਪਣੇ ਉਰੇ ਉਸ ਦਿਨ ਵੀ ਮੈਂ ਬਚ ਗਈ ਪ੍ਰਿੰਡਾ ਪਿਛਲੀਆਂ ਗਰਮੀ ਚ ਤਾਂ ਨਾ ਮੇਰੇ ਇੰਨੀਆਂ ਕੁ ਪ੍ਰਿੰਡਾ ਲੜੀਆਂ ਨੇ ਨਾ ਇੰਨੀਆਂ ਕੁ ਮੈਨੂੰ ਹੀ ਪਤਾ ਆ ਜਿਹੜੇ ਆਹ ਨਹੀਂ ਹੁੰਦੇ ਹੈਗੇ ਉੱਤੇ ਲਾਈਟਾਂ ਲੱਗੀਆਂ ਹੁੰਦੀਆਂ ਨੇ ਇਹ ਤਾਂ ਨੀਚੇ ਲਮਕ ਜਾਂਦੇ ਨੇ ਤਾਰਾਂ ਜੀਆਂ ਇਹਦੇ ਵਿੱਚ ਆ ਕੇ ਵੜ ਜਾਂਦੀਆਂ ਨੇ ਛੱਤੇ ਛੱਤੇ ਮੰਮੀ ਨੂੰ ਦੱਸੀ ਵੀ ਪਹਿਲਾਂ ਆਪਣੇ ਪ੍ਰਿੰਡਾ ਕਿਵੇਂ ਹੁੰਦੇ ਨੇ ਤੂੰ ਦੇਖ ਨਹੀਂ ਸਕਦੀ ਤੇ ਇੰਨੇ ਪ੍ਰਿੰਡਾ ਹੁੰਦੇ ਹਲੇ ਤਾਂ ਉਹ ਉਹਨੂੰ ਦੇਖੇ ਨਹੀਂ ਦੇਨੇ ਆ ਲੁੱਬੀ ਦੇ ਗੇਟ ਅੱਗੇ ਲੁੱਬੀ ਵਾਲੇ ਗੇਟ ਅੱਗੇ मैं बहुत आले दुआले हुंदियां मैं फिर भज जानी ਪ੍ਰਿੰਡ ਮਾਰੀ ਐ ਮੈਨੂੰ ਤਾਂ ਬੜਾ ਡਰ ਜਿਹਾ ਉਹ ਮੈਂ ਪ੍ਰਿੰਡ ਮੈਂ ਆਪਦੇ ਬਲੌਗ ਚ ਮਾਰੀ ਐ ਡਰ ਲੱਗਦਾ ਮੈਨੂੰ ਤਾਂ ਪ੍ਰਿੰਡਾਂ ਤੋਂ ਬਹੁਤ ਜ਼ਿਆਦਾ ਖਾ ਜਾਂਦੀਆਂ ਨੇ ਹੋਰ ਪਤਾ ਨਹੀਂ ਮੈਨੂੰ ਤਾਂ ਦਰਦ ਨਹੀਂ ਦਾ ਹਟਦਾ ਹੈਗਾ ਮੈਂ ਤਾਂ ਚੱਲਿਆ ਨਹੀਂ ਜਾਂਦਾ ਇੱਕ ਵਾਰ ਤਾਂ ਬੰਦੇ ਨੂੰ ਤੜਫਾ ਨਹੀਂ ਨਾ ਵੀ ਜਮੀ ਗਿਆ ਬੰਦਾ ਜਮੀ ਜਦੋਂ ਪ੍ਰਿੰਡ ਲੜਦੀ ਆ ਪ੍ਰਿੰਡਾਂ ਚੋਂ ਜ਼ਹਿਰ ਹੀ ਬਹੁਤ ਆ ਕਈ ਤਾਂ ਦੇਖੀ ਪ੍ਰਿੰਡ ਲੜੇਗੀ ਆਰਾਮ ਨਾਲ ਕਹਿ ਦਿੰਦੇ ਪ੍ਰਿੰਡ ਲੜ ਗਈ ਬਸ ਮਿੱਠੀਆਂ ਪ੍ਰਿੰਡਾਂ ਮੀ ਸਿਆਲ ਦੇ ਵਿੱਚ ਹੁੰਦੀਆਂ ਨੇ ਮਿੱਠੀਆਂ ਪ੍ਰਿੰਡਾਂ पता नहीं सानू किसी ने ना छोटे हुंदे नू कहा सीगा ਵੀ ਇੱਕ ਨਾ ਪ੍ਰਿੰਟ ਤੋਂ ਵੀ ਖਤਰਨਾਕ ਹੁੰਦਾ ਜਿਹੜਾ ਕੀ ਮਖਿਆਲ ਦੰਦਈਆ ਉਹ ਮੰਮੀ ਤੇ ਲੜ ਗਿਆ ਸੀ ਮੰਮੀ ਤੋਂ ਪੁੱਛ ਜਾ ਕੇ ਨਹੀਂ ਦੰਦਈਆ ਨਹੀਂ ਉਹ ਤਾਂ ਮਖਿਆਲ ਦੀ ਗੱਲ ਆ ਮੰਮੀ ਜਾ ਕੇ ਤਾਂ ਪੁੱਛ ਦੰਦਈਏ ਵਾਲੀ ਗੱਲ ਉਹ ਤਾਂ ਮੈਂ ਪੁੱਛਦੀ ਆ ਹੈ ਪਹਿਲਾਂ ਮੇਰੀ ਗੱਲ ਤਾਂ ਪੂਰੀ ਹੋ ਜੇ ਜਿਹੜਾ ਉਹ ਸੀਗਾ ਨਾ ਹੈ ਜਿਹੜਾ ਉਹ ਮਖਿਆਲ ਜਿਹਾ ਸੀਗਾ ਨਾ ਕਿਸੇ ਨੇ ਸਾਨੂੰ ਦੱਸਿਆ ਸੀਗਾ ਬਿਨਾ ਜੇ ਨਾ ਪਰਜਾਈ ਚ ਵੀ ਵੜ ਜੋ ਨਾ ਉਈਓ ਜਵਾਕਾਂ ਨੇ ਆਪਣੇ ਕੋਲੋਂ ਗੱਲਾਂ ਬਣਾ ਲਈਆਂ ਉਹ ਰਜਾਈ ਫਾੜ ਕੇ ਵੀ ਵਿੱਚ ਵੜ ਜਾਊਗਾ ਜੇ ਕੰਧਾਂ ਚ ਲੁਕ ਜੀ ਨਾ ਕਮਰਿਆਂ ਦੇ ਵਿੱਚ ਕੰਧ ਚੀਰ ਕੇ ਵੜ ਜਾਊਗਾ ਪਤਾ ਨਹੀਂ ਕੀ ਕੀ ਡੂਮਣੇ ਦੀ ਉਹ ਗੱਲ ਸੀ ਸ਼ਾਇਦ ਮੈਨੂੰ ਲੱਗਦਾ ਉਹ ਬਣਾਈ ਕਹਿੰਦੇ ਨੇ ਉਹਨੂੰ ਪਤਾ ਨਹੀਂ ਪੈ ਵੀ ਜਾਂਦਾ ਕਿ ਪਿੱਛੇ ਉਹ ਸੁਣਿਆ ਮੈਂ ਬਹੁਤ ਬਾਹ ਹੋਈਆਂ ਨੇ ਵੈਸੇ ਬਾਹਰ ਦਿੱਤਾ ਪਤਾ ਨਹੀਂ ਤਾਂ ਇਹ ਨਵਾਦਾ ਓਏ ਨਵਾਦਾ ਦੇਖੀ ਨਾ ਇਹ ਨਾ ਡਰ ਜਾਂਦਾ ਫਿਰ ਪਾਣੀ ਵੀ ਨਹੀਂ ਪਿੰਦਾ ਹੈਗਾ ਜੇ ਮੂੰਹ ਤੇ ਪਾਣੀ ਪੈ ਜੇ ਮੰਮੀ ਤੋਂ ਪੁੱਛਿਆ ਛੋਟਾ ਜਿਹਾ ਦੀ ਉਰੇ ਕਿਵੇਂ ਭੱਜਦਾ ਦੀ ਰੋਜ਼ ਭੱਜਦਾ ਦੀ ਮਿਲ ਲਵੇ ਭੱਜ ਕੇ ਪੂਰਾ ਜਾਂਦਾ ਦੀ ਤਾਂ ਬੜਾ ਹੋ ਗਿਆ ਇਹ ਸਿਆਣਾ ਹੋ ਗਿਆ ਹੁਣ ਪਰ ਤੁਸੀਂ ਤਾਂ ਹੋਏ ਨਹੀਂ ਆਪ ਦੇ ਕਿਵੇਂ ਕਰ ਰਿਹਾ ਹੁਣ ਹਾਂ ਕਰਿਆ ਪਿੱਛੇ ਜਾਮਣ ਇਹ ਜਾਮਣ
ਨਹੀਂ ਮੈਨੂੰ ਬੜੀਆਂ ਮਿੱਠੀਆਂ ਲੱਗੀਆਂ ਆਪਣੀਆਂ ਜਾਮਣਾਂ ਪਰ ਉਹ ਆ ਗੁੱਦ ਘੱਟ ਆ ਗੁੱਠਲੀ ਜ਼ਿਆਦਾ ਫਿਰ ਉਹ ਸਮਾਰ ਕੇ ਨਹੀਂ ਬਹੁਤ ਵਧੀਆ ਜਾਮਣਾ ਆਉਂਦਾ ਬਹੁਤ ਮੁੱਠੀ ਹਾਂਜੀ ਉਹ ਜੀ ਕੀ ਕਹਿ ਰਹੇ ਸੀ ਮੰਮੀ ਤੁਸੀਂ ਮੈਂ ਕਿਹੜਾ ਸੋਨੇ ਦੇ ਇੱਥੇ ਪਿੰਡ 'ਚ ਕੋਈ ਮਖਿਆਲ ਲੱਗੀ ਤੜਕੀ ਜੋਣ ਤੜਕੀ ਉਹ ਮਖਿਆਲ ਆ ਇੰਨਾ ਖਤਰਨਾਕ ਤੀ ਚਿੰਬੜ ਗਿਆ ਅੱਛਾ ਕੱਲੀ ਜਣੀ ਲੱਗ ਗਈ ਵੀ ਐਵੇਂ ਕਰਨ ਕੱਲੀ ਉਹ ਲੱਗ ਗਈ ਉਹ ਚਿੰਬੜ ਗਿਆ ਸਾਰੀ ਖਾ ਲਈ ਫਿਰ ਪਤਾ ਨਹੀਂ ਟੀਕੇ ਟੂਕੇ ਲਵਾਏ फिर किसी कपड़े आले दुकान ते बैठे सीगे उथे जाके मम्मी भी बेहोश होन लग गए सी ना फिर डॉक्टर दे ले गए मैनू जदिया फटाफट टीके लाए मैनू तो कुछ नहीं पता रहा थी ਇੰਨੀ ਜ਼ਹਿਰ ਚੜਾਤੀ ਤੇ ਤੰਦਈਏ ਨੇ ਇਹ ਤਾਂ ਬਹੁਤ ਜ਼ਹਿਰੀਲੇ ਹੁੰਦੇ ਨੇ ਇਹ ਵੀ ਤਾਂ ਮੈਨੂੰ ਛਿਪਕਲੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਇੱਕ ਭਰਿੰਡ ਤੋਂ ਇਹਨਾਂ ਦੋਨਾਂ ਤੋਂ ਜ਼ਿਆਦਾ ਡਰ ਲੱਗਦਾ ਛਿਪਕਲੀ ਤਾਂ ਕੁਛ ਨਹੀਂ ਕਹਿੰਦੀ ਸ਼ੇਰ ਤੋਂ ਨਹੀਂ ਲੱਗਦਾ ਨਾ ਤੈਨੂੰ ਸ਼ੇਰ ਕਿਹੜਾ ਕਦੇ ਮਿਲਣਾ ਜਿਨ੍ਹਾਂ ਤੋਂ ਡਰ ਲੱਗਦਾ ਉਹ ਦੇਖਿਓ ਜਿਹੜਾ ਉਹ ਸੀਗਾ ਗਮਲਾ ਨਾ ਜਿਹੜਾ ਉੱਤੋਂ ਗਿਰਿਆ ਸੀਗਾ ਟੁੱਟਿਆ ਹੋਇਆ ਉੱਥੇ ਟੰਗ ਪਾ ਹੁਣ ਇਹਦੇ ਚ ਕੁਛ ਹੋਰ ਲਾ ਦੇਣਾ ਚਾਹੀਦਾ ਇਹ ਕਿਹੜਾ ਕੁਛ ਹੁੰਦਾ ਮਿੱਟੀ ਉਹ ਆਏ ਕਿਹੜਾ ਉਹ ਚੋਊਗੀ ਕਮਲਾ ਦੇ ਕਾਵੀ ਆਣੇ ਤੇ ਪਿਆ ਹੈ ਇਹ ਵੀ ਵਿਚਾਰਾ ਖਾਲੀ ਹੋ ਪਿਆ ਨੀਲਾ ਵੀ ਇਹਦੇ ਵਿੱਚ ਐਵੇਂ ਆ ਵੀ ਕੋਈ ਅੰਦਰ ਕੰਨੂ ਲੱਗ ਜੇ ਨਾ ਕੋਈ ਪਲਾਟ ਇਹਦੇ ਵਿੱਚ ਅੰਦਰ ਵਾਲੀ ਕਾਵੀ ਆ ਮਿੱਟੀ ਦਾ ਮਨੀ ਪਲਾਟ ਵਗੈਰਾ ਹੀ ਹੁੰਦੇ ਨੇ ਚਲੋ ਤਾਂ ਦੇਖ ਲਾਂਗੇ ਕਿਉਂ ਆ ਰਹੀ ਹੈ ਨੇਰੀ ਤੈਨੂੰ ਕਿਹਾ ਸੀ ਨਾ ਵੀ ਤੂਫਾਨ ਆਊ ਜਦੋਂ ਮੈਂ ਕਹਿਣਾ ਫਿਰ ਅਸੀਂ 12 ਤਰੀਕ ਨੂੰ ਕਿਹਾ ਸੀ ਅੱਜ 10 ਤਰੀਕ ਆ ਤੁਹਾਡਾ ਜੋ ਅੰਦਾਜ਼ਾ ਸੀਗਾ ਗਲਤ ਗਿਆ ਚੱਲ ਕੁਝ ਵੀ ਆ ਆਇਆ ਤੁਸੀਂ ਬਹੁਤ ਜ਼ਿਆਦਾ ਨੇਰੀ ਚੱਲ ਰਹੀ ਹੈ ਬਹੁਤ ਜ਼ਿਆਦਾ ਬਈ ਨੇਰੀ ਲਾਈਟ ਤਾਂ ਸਾਡੇ ਪਹਿਲਾਂ ਹੀ ਤਿਆਰ ਰਹਿੰਦੀ ਆ ਨਾ ਕੁਝ ਵੀ ਹੋਵੇ ਨਾ ਇੰਨੀ ਹਵਾ ਚੱਲੇ ਉਹ ਤਿਆਰ ਰਹਿੰਦੀ ਮੈਂ ਚਲੀ ਜਾਵਾਂ ਲਾਈਟ ਪਹਿਲੀ ਭੱਜ ਗਈ ਤੇ ਹੁਣ ਇੱਥੇ ਹਲਕੀ ਹਲ ਵੈਸੇ ਯਾਰ ਪੂਰੇ ਬੈਠ ਸਕਦੇ ਆ ਨਾ ਬੈਠ ਸਕਦੇ ਪਰ ਨਹੀਂ ਡਰ ਲੱਗ ਰਿਹਾ ਮੈਨੂੰ ਤਾਂ ਐ ਲੱਗ ਰਿਹਾ ਕਿ ਤੂੰ ਇਹਨਾਂ ਬਿਜਲੀ ਡਾਕੇ ਲੈ ਜਾ ਮੈਨੂੰ ਬਿਜਲੀ ਨਾ ਡਾਕੇ ਲੈ ਜਾ ਬਸ ਕਿਤੇ ਹੋਰ ਹੋਰ ਕਈ ਕਿਵੇਂ ਤੈਨੂੰ ਪਤਾ ਜਦੋਂ ਗੱਲਾਂ ਕਿਵੇਂ ਕਰਦੇ ਹੁੰਦੇ ਨੇ ਹਨਾ ਮਿੰਨੇ ਏਰੀਆ ਦੀ ਉਹ ਸਾਡਾ ਤਾਂ ਮੁੰਡਾ ਉੜ ਗਿਆ ਦੇ ਮੁੰਡਾ ਹੋਰ ਬਹੁਤ ਹਾਸੀ ਜਾ ਉਹਨੂੰ ਫੜ ਲਿਆ ਉਹਦੇ ਡੈਡੀ ਨੇ ਦੇਖ ਲਿਆ ਜਦੀ ਉਹਨੂੰ ਫੜ ਲਿਆ ਲੱਤਾਂ ਤੋਂ ਐਵੇਂ ਦਾ ਲੋਕ ਓਹ ਹੋ 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 ਬਹੁਤ ਜ਼ਿਆਦਾ ਨੇਰੀ ਆ ਰਹੀ ਹੈ ਬਹੁਤ ਜ਼ਿਆਦਾ ਬਿਜਲੀ ਅੱਖਾਂ 'ਚ ਉਰੇ ਊਂ ਤਾਂ ਬੰਦਾ ਬੈਠ ਸਕਦਾ ਆਰਾਮ ਤੇ ਵੀ ਠੰਡਾ ਹੋ ਰਿਹਾ ਅੰਦਰ ਨਾ ਜਿਹੜਾ ਇਹ ਹਾਂ ਮਿੱਟੀ ਦੀ ਗੱਲ ਆ ਅੱਖਾਂ 'ਚ ਮਿੱਟੀ ਪੈ ਰਹੀ ਨਹੀਂ ਤਾਂ ਉਰੇ ਚੱਲ ਮੈਂ ਕੱਲੇ ਸਿਰ ਨਾ ਆਈ ਆ ਫੇਰ ਨਾਲ ਹੀ ਫੇਰ ਨਾਲ ਭਰ ਜਾਏਗਾ ਫੇਰ ਨਾਲ ਹੀ ਕੱਲ ਨੂੰ ਫੇਰ ਕੀ ਹੁੰਦਾ ਆ ਨਹੀਂ ਕੱਲ ਨੂੰ ਨਹੀਂ ਤਾਂ ਪਾਣੀ ਬਚਾਉਣੀ ਆ ਤਾਂ ਸਿਰ ਨਾ ਨਾਲ ਤਾਂ ਹੀ ਤਾਂ ਮੇਰੇ ਵਾਲ ਝੜਦੇ ਨੇ ਵੈਸੇ ਤਾਂ ਮੈਂ ਹਫਤੇ 'ਚ 2 ਵਾਰ ਨਹਾਨੀ ਆ ਫੇਰ ਵੀ ਮੇਰੇ ਵਾਲ ਇੰਨੇ ਜ਼ਿਆਦਾ ਝੜਦੇ ਨੇ ਕੱਟੇ ਵਾਲ ਵਾਲੇ ਗੰਜਾ ਬੰਦਾ ਮਤਲਬ ਵਾਲ ਰੋਡਾ ਕਹਿੰਦੇ ਨੇ ਜਿਹਨੂੰ ਰੋਡਾ ਵਾਲ ਰੋਡੇ ਵਾਲ ਕੱਟੇ ਪਤਾ ਹੋਣਾ ਰੋਡਾ ਬਹੁਤ ਬਈ ਮੈਨੂੰ ਆਹ ਵਾਲ ਵਾਹਿਗੁਰੂ ਲਾਈਟ ਲਿਆ ਦੇ ਮੈਂ ਮਰ ਜੂ ਹਲੇ ਤਾਂ ਖੰਬੇ ਪਹਿਲੇ ਨੀ ਜਿਹੜੇ ਖਰਾਬ ਹੋਏ ਹੋਏ ਤੇ ਹੋ ਰਹੇ ਤੇ ਹੁਣ ਫੇਰ ਬੁਰਾ ਹਾਲ ਹੋਊਗਾ ਲਾਈਟ ਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਵੀ ਲਾਈਟ ਤਾਂ ਆਣੀ ਉਹ ਆਣੀ ਨਹੀਂ ਹੈਗੀ ਵਾਹਿਗੁਰੂ ਲਿਆ ਦੇ ਲਾਈਟ ਨਹੀਂ ਤਾਂ ਜੀ ਸੋਇਆ ਕਿਆ ਸ਼ਰਤ ਲਾਈ ਆਪਾਂ ਮੈਂ ਤਾਂ ਕਹਿੰਦੀ ਮੈਂ ਤੈਨੂੰ ਟਾਈਮ ਕਹਿਣਾ ਵੀ 12 ਵਜੇ ਤੋਂ ਪਹਿਲਾਂ ਆ ਜੂ ਪਰ ਆਉਂਦੀ ਤਾਂ ਮੈਨੂੰ ਲੱਗਦਾ ਤਾਂ ਮੈਨੂੰ ਵੀ ਆਉਂਦੇ ਨਹੀਂ ਪਰ ਮੈਂ ਸ਼ਰਤ ਲਾ ਲਾ ਉਹ ਪਿੰਡ ਜਿੱਥੇ ਇੰਨੀ ਹਵਾ ਨਾਲ ਵੀ ਨਾ ਲਾਈਟ ਚਲੀ ਜਾਂਦੀ ਹੈ ਸਾਰਿਆਂ 'ਚ ਜਾਂਦੀ ਹੈ ਬੁਗੇ ਇਹ ਨਹੀਂ ਇਹਰੂਰ ਤਾਂ ਜ਼ਿਆਦਾ ਹੀ ਜਾਂਦੀ ਹੈ ਉਹ ਸਭ ਕਿਤੇ ਜਾਂਦੀ ਆ ਤਾਂ ਹੁਣ ਇਹ ਕੋਈ ਪਿੰਡ ਦਾ ਚੱਕਰ ਥੋੜਾ ਹੁੰਦਾ ਗ੍ਰਿਡ ਦਾ ਚੱਕਰ ਹੁੰਦਾ ਹੈ ਪਤਾ ਤੈਨੂੰ ਇੱਕ ਪਿੰਡ ਦਾ ਚੱਕਰ ਕਿਤੇ ਨਹੀਂ ਹੁੰਦਾ ਛੁੱਟੀਆਂ ਕੱਟਣ ਨਾ ਜਾਂਦੇ ਸੀ ਮੈਨੂੰ ਪਤਾ ਨਹੀਂ ਹੈਗਾ ਉਹ ਸਾਡੇ ਜਾਂਦੀ ਨਹੀਂ ਨਾ ਮੈਨੂੰ ਤਾਂ ਐ ਲੱਗੀ ਯਾਰ ਵੀ ਐਵੇਂ ਕਿਵੇਂ ਹੋ ਸਕਦਾ ਹੈ ਇੰਨੀ ਵੀ ਕਿਵੇਂ ਜਾ ਸਕਦੀ ਹੈ ਨਹੀਂ ਆ ਫਿਰ ਹੁਣ ਹਵਾ 'ਚ ਹੁਣ ਇਹ ਗ੍ਰਿਡ ਦਾ ਕੰਮ ਹੁੰਦਾ ਪਿੰਡ ਨੂੰ ਨਹੀਂ ਲਾਈਟ ਹੁੰਦੀ ਕਿ ਵੀ ਇਕੱਲੇ ਪਿੰਡ ਦੀ ਲਾਈਟ ਆ ਜਿਸ ਦਿਨ ਸਾਡਾ ਵਿਆਹ ਹੋਇਆ ਸੀਗਾ ਨਾ ਉਸ ਤੋਂ ਅਗਲੇ ਦਿਨ ਸਵੇਰੇ ਸਵੇਰੇ ਤਿਆਰ ਹੋਣਾ ਸੀਗਾ
तीन चार बजे उठे मथे टेकने होंगे ने फिर ब्याह जाना सी उतो लाइट नहीं है लाइट नहीं है सर्दियां फिर तेरी शुरुआत एवं हुई है ताही हम दो दिन की भजदी आ रही है ਕਣੀ ਆ ਗਈ ਮਿਲਦੇ ਹੁਣ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਓਕੇ ਜੀ।